ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਹੈ ਅਤੇ ਅਸੀਂ ਇਸ ਵੇਲੇ ਗੁਰਦੁਆਰਾ ਰਾਮਦਾਸ ਜੀ 'ਚ ਖੜ੍ਹੇ ਹਾਂ ਅਤੇ ਇਹ ਜਿਸ ਥਾਂ 'ਤੇ ਬਟਾਲਾ ਦੀ ਫੈਕਟਰੀ ਦੇ ਵਿੱਚ ਪਟਾਕਾ ਫੈਕਟਰੀ ਦੇ ਵਿੱਚ ਬਲਾਸਟ ਹੋਇਆ ਉਹਦੇ ਬਿਲਕੁਲ ਨਾਲ ਇਹ ਗੁਰਦੁਆਰਾ ਸਾਹਿਬ ਹੈ ਅਤੇ ਕੱਲ੍ਹ ਵੀ ਇੱਥੇ ਇਸੇ ਤਰ੍ਹਾਂ ਲੰਗਰ ਦੀ ਤਿਆਰੀ ਚੱਲ ਰਹੀ ਸੀਗੀ, ਲੰਗਰ ਪਕਾਇਆ ਜਾ ਰਿਹਾ ਸੀਗਾ ਤਾਂ ਧਮਾਕਾ ਹੁੰਦਾ ਜਿਸ ਤੋਂ ਬਾਅਦ ਜਿਹੜਾ ਇਹ ਛੱਤ ਹੈ ਉਹ ਡਿੱਗ ਜਾਂਦੀ ਹੈ। ਟੀਨ ਦੀ ਇਹ ਛੱਤ ਸੀਗੀ, ਬਹੁਤ ਸਾਰੀਆਂ ਜਿਹੜੀਆਂ ਇੱਥੇ ਔਰਤਾਂ ਸਨ, ਮਹਿਲਾਵਾਂ ਸਨ, ਉਹ ਲੰਗਰ ਤਿਆਰ ਕਰ ਰਹੀਆਂ ਸਨ ਅਤੇ ਉਹਨਾਂ ਦੇ ਵੀ ਕੁਝ ਦੇ ਸੱਟਾਂ ਲੱਗਦੀਆਂ ਨੇ। ਗੱਲਬਾਤ ਬੀਬੀਆਂ ਦੇ ਨਾਲ ਕਰਾਂਗੇ ਕਿ ਕਿਸ ਤਰੀਕੇ ਦਾ ਮੰਜ਼ਰ ਸੀਗਾ ਅਤੇ ਕੀ ਕੁਝ ਉਹਨਾਂ ਨੇ ਆਪਣੇ ਅੱਖੀ ਦੇਖਿਆ ਏ ਤੁਹਾਨੂੰ। ਬੀਬੀ ਜੀ ਕੀ ਨਾਮ ਹੈ ਤੁਹਾਡਾ? ਜਸਪਾਲ ਕੌਰ। ਕੱਲ੍ਹ ਸੀਗੇ ਤੁਸੀਂ ਜਦੋਂ ਇਹ ਹਾਦਸਾ ਵਾਪਰਿਆ? ਬਿਲਕੁਲ, ਇਸ ਹਾਦਸੇ ਦੇ ਸਾਹਮਣੇ ਸਾਂ। ਅੱਛਾ ਜੀ। ਇੱਥੇ ਸਾਡਾ ਲੰਗਰ ਹਾਲ ਆ, ਇੱਥੇ ਬੀਬੀਆਂ ਪ੍ਰਸ਼ਾਦੇ ਪਕਾਉਂਦੀਆਂ, ਇੱਥੇ ਸਾਡੇ ਹਲਵਾਈ ਲੰਗਰ ਤਿਆਰ ਕਰ ਰਹੇ ਆ। ਇੱਕ ਆਇਆ ਜਿਵੇਂ ਬਹੁਤ ਤੂਫਾਨ ਜਿਹਾ ਚੜ੍ਹਿਆ ਇੱਧਰੋਂ, ਇਹ ਛੱਤ ਉੱਡ ਗਈ, ਬੀਬੀਆਂ ਸਾਡੀਆਂ ਥੱਲੇ ਆ ਗਈਆਂ ਨੇ। ਉਸੇ ਵੇਲੇ 2 ਮਿੰਟ ਬਾਅਦ ਧਮਾਕਾ ਹੋਇਆ, ਬਹੁਤ ਜ਼ੋਰਦਾਰ ਧਮਾਕਾ ਹੋਇਆ, ਇੱਕ ਤੋਂ ਬਾਅਦ ਇੱਕ, ਦੂਜਾ, ਤੀਜਾ, ਜਦੋਂ 3 ਧਮਾਕੇ ਹੋਏ ਛੱਤਾਂ ਉੱਡ ਗਈਆਂ ਔਰ ਲੋਕ ਇੰਨੇ ਥੱਲੇ ਆ ਗਏ, ਜ਼ਖਮੀ ਹੋ ਗਏ, ਮਰ ਗਏ। ਪਰ ਸਾਨੂੰ ਅਫਸੋਸ ਇੱਕ ਗੱਲ ਦਾ ਜ਼ਰੂਰ ਆ, ਜੋ ਮਰ ਗਏ ਉਹ ਸਮਾਂ ਹੱਥ ਨਹੀਂ ਆਉਣਾ, ਪਰ ਪ੍ਰਸ਼ਾਸਨ ਨੇ ਸਾਡਾ ਅੱਜ ਤੱਕ ਸਾਥ ਨਹੀਂ ਦਿੱਤਾ। ਇੱਥੇ 2 ਸਾਲ ਪਹਿਲਾਂ ਵੀ ਧਮਾਕਾ ਹੋਇਆ ਸੀ ਔਰ ਪ੍ਰਸ਼ਾਸਨ ਨੂੰ ਸਾਡੀ ਸਾਰੇ ਕਲੋਨੀ ਨੇ ਜਾ ਕੇ ਬੇਨਤੀ ਕੀਤੀ ਸੀ ਕਿ ਇਹਨਾਂ ਦੀ ਫੈਕਟਰੀ ਨੂੰ ਇੱਥੋਂ ਖਤਮ ਕੀਤਾ ਜਾਵੇ। ਕਿਹਾ ਸੀ ਤੁਸੀਂ ਵੀ ਬੰਦ ਹੋਵੇ? ਬਿਲਕੁਲ ਜੀ, ਬਿਲਕੁਲ, ਅੱਜ ਵੀ ਲਿਖਿਆ ਉੱਥੇ ਡੀਸੀ ਸਾਹਿਬ ਦੇ ਹੋਊਗਾ, SDM ਸਾਹਿਬ ਦੇ ਦਫ਼ਤਰ 'ਚ ਹੋਏਗਾ, ਪਰ ਪ੍ਰਸ਼ਾਸਨ ਨੇ ਸਾਡਾ ਸਾਥ ਨਹੀਂ ਦਿੱਤਾ। ਪਰ ਇਹਨਾਂ ਨੇ ਮੰਗ ਮੰਨੀ ਤੁਹਾਡੀ? ਸਾਡੀ ਮੰਗ ਨਹੀਂ ਮੰਨੀ। ਉਦੋਂ 2 ਆਦਮੀ ਮਰੇ ਸੀ, ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਇਹ ਜੋ ਵੀ ਹਾਦਸਾ ਵਾਪਰਿਆ ਇਹਦਾ ਸਾਰਾ ਪ੍ਰਸ਼ਾਸਨ ਜ਼ਿੰਮੇਵਾਰ ਆ। ਇਹ ਅਸੀਂ ਗੱਲ ਠੋਕ ਵਜਾ ਕੇ ਆਖਾਂਗੇ, ਇਹ ਸਰਕਾਰਾਂ ਸਾਡੀਆਂ ਕੁਛ ਨਹੀਂ ਕਰਦੀਆਂ, ਇਹ ਸਭ ਨੂੰ ਦਿਸਦੀ ਸੀ ਇੱਥੇ ਫੈਕਟਰੀ ਖਤਰਨਾਕ ਆ ਔਰ ਬਹੁਤ ਖਤਰਨਾਕ ਆ। ਅੱਛਾ, ਇਹ ਕੁਝ ਔਰਤਾਂ ਕੱਲ੍ਹ ਜਿਹੜੀਆਂ ਬੀਬੀਆਂ ਬਣਾਈਆਂ ਲੰਗਰ ਬਣਾ ਰਹੀਆਂ ਸਨ, ਉਹ ਵੀ ਜ਼ਖਮੀ ਹੋਈਆਂ? ਉਹ ਜ਼ਖਮੀ ਹੋਈਆਂ ਨੇ, ਜਿਨ੍ਹਾਂ ਦੀ ਕਿਸੇ ਸਾਰ ਨਹੀਂ ਲਈ, ਉੱਥੇ ਹਸਪਤਾਲ ਵਾਲਿਆਂ ਉਹਨਾਂ ਨੂੰ ਦਾਖਲ ਨਹੀਂ ਕੀਤਾ ਔਰ ਉਹ ਇਹ ਗੱਲ ਕਹਿੰਦੇ ਰਹੇ ਵੀ ਅਸੀਂ ਮਰਨ ਵਾਲਿਆਂ ਨੂੰ ਵੇਖੀਏ ਜਾਂ ਅਸੀਂ ਜ਼ਖਮੀਆਂ ਨੂੰ ਵੇਖੀਏ। ਉਹ ਬੀਬੀਆਂ, ਹੁਣ ਮੈਂ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਇੱਥੇ ਆਇਆ, ਉਹਦੇ ਰਾਹੀਂ ਉਹਨੂੰ ਮੈਂ ਵਿਖਾ ਕੇ ਹੁਣ ਉਹਨੂੰ ਪ੍ਰਸ਼ਾਸਨ ਦੇ ਆਖ ਕੇ ਅਤੇ ਉਹ ਬੀਬੀਆਂ ਹੁਣ ਹਸਪਤਾਲ ਐਡਮਿਟ ਹੋਈਆਂ। ਪ੍ਰਸ਼ਾਸਨ ਨੇ ਉੱਥੇ ਵੀ ਸਾਰ ਨਹੀਂ ਲਈ ਉਹਨਾਂ ਲੰਗਰ ਵਾਲਿਆਂ ਦੀ ਅਤੇ ਔਰ ਸਾਡੀ ਬੀਬੀਆਂ ਦੀ ਬਿਲਕੁਲ ਉਹਨਾਂ ਸਾਰ ਨਹੀਂ ਲਈ। ਸੋ ਤੁਸੀਂ ਸੁਣ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੁੱਸਾ ਵੀ ਹੈ ਪ੍ਰਸ਼ਾਸਨ ਦੇ ਖਿਲਾਫ ਕਿਉਂਕਿ ਸਾਰ ਨਹੀਂ ਲਈ। ਤੁਸੀਂ ਕੀ ਦੇਖਿਆ ਕੱਲ, ਤੁਸੀਂ ਵੀ ਸੀਗੇ ਇੱਥੇ, ਕੀ ਕੁਝ ਦੇਖਿਆ? ਅਸੀਂ ਅੰਦਰ ਹਾਲ ਵਿੱਚ ਸਾਂ ਤੇ ਹਾਲ ਦੇ ਵਿੱਚ, ਉਹ ਵੇਖੋ ਸਾਹਮਣੇ ਮੋਰਾ ਜੀ, ਆ ਜਾਓ, ਸਾਨੂੰ ਦਿਖਾ ਵੀ ਦਿੰਦੇ ਆ ਨਾਲ ਨਾਲ। ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ, ਇਸ ਥਾਂ ਤੇ ਕੱਲ ਸੰਗਤ ਮੌਜੂਦ ਸੀਗੀ? ਹਾਂਜੀ ਹਾਂਜੀ। ਅੱਛਾ, ਇਸ ਥਾਂ ਤੇ ਲੰਗਰ ਛਕਾਇਆ ਜਾ ਰਿਹਾ ਸੀ? ਇੱਥੇ ਅਸੀਂ ਲੰਗਰ ਛਕਾਉਣ ਡਏ ਸਾਂ ਤੇ ਅਸੀਂ ਇੱਥੇ ਬੈਠੀਆਂ ਸਾਂ 2 ਜਣੀਆਂ ਜੀ, ਉੱਤੋਂ ਇਧਰੋਂ ਆ ਕੇ ਡਿੱਗੀਆਂ ਇੱਟਾਂ। ਪਹਿਲਾਂ ਅਸੀਂ ਆਖਿਆ ਵੀ ਮਾੜਾ ਮਾੜਾ ਧਮਾਕਾ ਪੈਣ ਡਿਆ ਆ, ਫਿਰ ਇੱਕਦਮ ਇਹ ਥਾਂ ਤੋਂ ਇੱਟਾਂ ਡਿੱਗੀਆਂ ਨੇ। ਕੱਲ ਇਸ ਥਾਂ ਤੇ ਲੰਗਰ ਚੱਲ ਰਿਹਾ ਸੀ ਜੀ? ਹਾਂਜੀ ਹਾਂਜੀ, ਲੰਗਰ ਚੱਲ ਰਿਹਾ, ਸਾਡੇ ਉੱਤੇ ਇੱਟਾਂ ਡਿੱਗੀਆਂ ਨੇ, ਫਿਰ ਭੱਜ ਭੱਜ ਕੇ ਅਸੀਂ ਸਾਰਿਆਂ ਨੂੰ ਖਿੱਚ ਖਿੱਚ ਕੇ ਕੱਢਿਆ ਬਾਹਰ। ਤੇ ਇੱਥੋਂ ਇੰਜ ਸੀਗਾ ਜਿਵੇਂ ਨਾ ਹਨੇਰੀ ਆਉਣ ਡਈ ਆ, ਇੱਟਾਂ ਦੀ ਹਨੇਰੀ ਆ ਰਹੀ ਸੀ, ਇੱਟਾਂ ਦੀ ਹਨੇਰੀ ਵਿੱਚ, ਧੂੰਆਂ ਵਿੱਚ, ਕੁਛ ਨਹੀਂ, ਸਾਰੇ ਅਸੀਂ ਮਿੱਟੀ ਨਾਲ ਭਰ ਗਏ। ਤੇ ਜਿਹੜੇ ਇੱਥੇ ਵੀ ਸੱਟਾਂ ਵੱਜੀਆਂ ਕੁਝ ਲੋਕਾਂ ਦੇ, ਉਹ ਜਿਨ੍ਹਾਂ ਨੂੰ ਵੱਜੀਆਂ ਉਹਨਾਂ ਨੂੰ ਫਿਰ ਥੋੜੀਆਂ ਥੋੜੀਆਂ ਹੀ ਸੀਗੀਆਂ ਬਾਹਾਂ ਬੂਹਾਂ, ਤੇ ਉਹ ਫਿਰ ਘਰ ਚਲੇ ਗਏ, ਉਹਨਾਂ ਨੂੰ ਘਰੋਂ ਜਾ ਕੇ ਘਰਦਿਆਂ ਨੇ ਪ੍ਰਾਈਵੇਟ ਹਸਪਤਾਲਾਂ 'ਚ ਜਾ ਕੇ ਪੱਟੀਆਂ ਕਰਾ ਕੇ। ਅੱਛਾ, ਇੱਥੇ ਲੋਕ ਦੱਸਦੇ ਨੇ ਕਿ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਹੋਇਆ ਬਹੁਤ ਵਾਰੀ ਕਿ ਫੈਕਟਰੀ ਚੁਕਾ ਦਿਓ, ਪਰ ਚੁਕਾਈ ਨਹੀਂ ਗਈ ਹੈਗੀ? ਹਾਂਜੀ ਹਾਂਜੀ, ਬਹੁਤ ਵਾਰੀ ਦਿੱਤਾ ਲਿਖ ਕੇ, ਪਰ ਉਹਨਾਂ ਨੇ ਪਤਾ ਨਹੀਂ ਕਿਉਂ ਨਹੀਂ ਬੰਦ ਕਰਾਇਆ। ਸੋ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਗੁਰੂ ਰਾਮਦਾਸ ਜੀ, ਇਸ ਥਾਂ ਤੇ ਕੱਲ ਵੀ ਲੰਗਰ ਚੱਲ ਰਿਹਾ ਸੀਗਾ, ਅੱਜ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਲੰਗਰ ਜਿਹੜਾ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ ਤੇ ਔਰਤਾਂ ਜਿਹੜੀਆਂ ਸਾਨੂੰ ਲੰਗਰ ਬਣਾ ਰਹੀਆਂ ਸਨ ਤੇ ਉਸ ਵੇਲੇ ਇਹ ਹਾਦਸਾ ਹੁੰਦਾ ਹੈ। ਬਹੁਤ ਸਾਰੀਆਂ ਬੀਬੀਆਂ ਦੇ ਸੱਟਾਂ ਵੀ ਵੱਜਦੀਆਂ ਨੇ ਤੇ ਉਹਨਾਂ ਦਾ ਕਹਿਣਾ ਇਹੀ ਹੈ ਕਿ
ਪ੍ਰਸ਼ਾਸਨ ਨੂੰ ਬਹੁਤ ਵਾਰ ਲਿਖ ਕੇ ਦਿੱਤਾ ਜਾ ਚੁੱਕਿਆ ਸੀਗਾ ਇਸ ਤੋਂ ਪਹਿਲਾਂ ਕਿ ਇਸ ਥਾਂ 'ਤੇ ਫੈਕਟਰੀ ਨਹੀਂ ਹੋਣੀ ਚਾਹੀਦੀ ਕਿਉਂਕਿ ਰਿਹਾਇਸ਼ੀ ਇਲਾਕਾ ਇਹ ਲੋਕ ਰਹਿੰਦੇ ਨੇ। ਪਹਿਲਾਂ ਵੀ ਇੱਥੇ ਹਾਦਸਾ ਵਾਪਰਿਆ ਸੀ ਜੀ? ਹਾਂਜੀ ਜੀ, 2 ਸਾਲ ਪਹਿਲਾਂ ਵੀ ਇਹ ਹਾਦਸਾ ਹੋਇਆ ਸੀਗਾ। ਉਦੋਂ ਵੀ ਸਾਰਿਆਂ ਨੂੰ ਕਿਹਾ ਗਿਆ ਸੀ, ਪ੍ਰਸ਼ਾਸਨ ਨੂੰ ਵੀ ਐਪਲੀਕੇਸ਼ਨਸ ਦਿੱਤੀਆਂ ਗਈਆਂ ਸੀਗੀਆਂ ਕਿ ਵੀ ਇਹ ਇੱਥੋਂ ਚੁਕਾਇਆ ਜਾਵੇ, ਪਰ ਨਹੀਂ, ਕਿਸੇ ਨੇ ਕੋਈ ਸਾਰ ਨਹੀਂ ਲਈ। ਹੁਣ ਇੰਨਾ ਵੱਡਾ ਸਾਰੀ ਕਲੋਨੀ ਦਾ ਵੀ ਨੁਕਸਾਨ ਹੋਇਆ, ਸਾਰੀਆਂ ਜਾਨਾਂ ਵੀ ਗਈਆਂ ਅਤੇ ਮਾਲੀ ਨੁਕਸਾਨ ਵੀ ਹੋਇਆ, ਪਰ ਕਿਸੇ ਨੇ ਕੋਈ ਕੱਲ ਦੀ ਸਾਰ। ਜੇ ਪਹਿਲਾਂ ਕਿਤੇ ਫੈਕਟਰੀ ਹਟਾ ਦਿੰਦੇ ਨਾ ਤਾਂ ਉਹਨਾਂ ਦੀ ਆਪਣੀ ਜਾਨ ਜਾਂਦੀ, ਨਾ ਹੀ ਜਿਹੜੇ ਹੋਰ ਲੋਕ ਬੇਗੁਨਾਹ ਬੇਕਸੂਰ ਲੋਕ ਗਏ ਨੇ ਉਹ ਵੀ ਬਚ ਜਾਂਦੇ। ਹਾਂਜੀ ਹਾਂਜੀ ਬਿਲਕੁਲ ਜੀ, ਪਰਿਵਾਰਾਂ ਦੇ ਪਰਿਵਾਰ ਇੱਥੇ ਇੱਦਾਂ ਖਤਮ ਹੋ ਗਏ ਆ, ਪੂਰੇ ਮਕਾਨ ਉੱਡ ਗਏ ਆ, ਇੰਨਾ ਨੁਕਸਾਨ ਹੋਇਆ, ਇਹ ਨੁਕਸਾਨ ਨਹੀਂ ਸੀ ਹੋਣਾ। ਬਿਲਕੁਲ, ਪ੍ਰਸ਼ਾਸਨ ਦੀ ਲਾਪਰਵਾਹੀ ਹੈ। ਹਾਂਜੀ ਬਿਲਕੁਲ, ਪੂਰੀ ਤਰ੍ਹਾਂ ਇਹਨਾਂ ਦੇ 2 ਸਾਲ ਪਹਿਲਾਂ ਇਹਨਾਂ ਦੇ ਕੇਸ ਚੱਲਣ ਡਿਆ ਕੋਰਟ ਵਿੱਚ, ਉਦੋਂ ਇਹਨਾਂ ਦੇ 2 ਬੰਦੇ ਮਰੇ, ਇਹਨਾਂ ਨੂੰ ਕਾਫੀ ਮਾਲੀ ਨੁਕਸਾਨ ਵੀ ਹੁੰਦਾ, ਨਾਲ ਕਲੋਨੀ ਵਾਲਿਆਂ ਨੂੰ ਵੀ ਹੁੰਦਾ ਮਾਲੀ ਨੁਕਸਾਨ। ਹੁਣ ਘਰਾਂ ਦੇ ਛੱਤਾਂ ਬਹੁਤ ਮੈਂ ਦੇਖ ਕੇ ਨੁਕਸਾਨੇ, ਸਾਰੇ ਸ਼ੀਸ਼ੇ ਦਰਵਾਜ਼ੇ ਸਾਰਾ, ਕਿੰਨਾ ਨੁਕਸਾਨ ਹੋਇਆ। ਗੁਰਦੁਆਰਾ ਸਾਹਿਬ ਦਾ 2 ਸਾਲ ਪਹਿਲਾਂ ਵੀ ਸਾਰੇ ਸ਼ੀਸ਼ੇ ਬਾਰੀਆਂ ਟੁੱਟ ਗਏ ਸੀਗੇ, ਹੁਣ ਕੱਲ੍ਹ ਵੀ ਇਹੀ ਆ, ਪੂਰਾ ਧਮਾਕੇ ਦੇ ਨਾਲ ਜਦੋਂ ਵੀ ਬਲਾਸਟ ਹੋਇਆ ਵਾ ਸਾਰਾ ਗੁਰਦੁਆਰਾ ਸਾਹਿਬ ਦਾ ਵੀ, ਕਿੰਨਾ ਨੁਕਸਾਨ ਹੋਇਆ ਆ। ਕੱਲ੍ਹ ਵੀ ਇੱਥੇ ਲੰਗਰ ਚੱਲ ਰਿਹਾ ਸੀ ਮੈਂ ਸੁਣਿਆ? ਹਾਂਜੀ ਕੱਲ੍ਹ ਵੀ ਚੱਲ ਰਿਹਾ ਸੀਗਾ ਲੰਗਰ, ਹਾਂਜੀ ਬਾਬਾ ਜੀ ਦੇ ਵਿਆਹ ਕਰਕੇ ਇੱਥੇ ਬਹੁਤ ਸੰਗਤ ਵੀ ਸੀਗੀ ਅਤੇ ਪੂਰਾ ਕੰਮ ਚੱਲ ਰਿਹਾ ਸੀ ਲੰਗਰ ਪਾਣੀ ਦਾ, ਪਰ ਇੱਕਦਮ ਫਿਰ ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ, ਜਿਨ੍ਹਾਂ ਨੇ ਕਾਰਵਾਈ ਨਹੀਂ ਕੀਤੀ, ਫੈਕਟਰੀ ਨਹੀਂ ਹਟਵਾਈ ਹੈਗੀ। ਬਿਲਕੁਲ ਹੋਣੀ ਚਾਹੀਦੀ ਆ, ਹੁਣ ਵੀ ਜੇ ਨਾ ਹੋਈ ਤਾਂ ਫਿਰ ਤਾਂ ਕਦੀ ਹੋ ਹੀ ਨਹੀਂ ਸਕਦੀ। ਇੰਨੇ ਜਾਨਾਂ ਦੀਆਂ ਨੁਕਸਾਨ ਹੋ ਗਿਆ, ਇੰਨੇ ਪਰਿਵਾਰਾਂ ਦਾ ਨੁਕਸਾਨ ਹੋ ਗਿਆ, ਇੰਨੀਆਂ ਇਮਾਰਤਾਂ ਦਾ ਨੁਕਸਾਨ ਹੋ ਗਿਆ, ਮਕਾਨਾਂ ਦਾ ਨੁਕਸਾਨ ਹੋ ਗਿਆ, ਜੇ ਅਜੇ ਵੀ ਨਾਲ ਲਾਪਰਵਾਹੀ ਵਰਤੀ ਤਾਂ ਫਿਰ ਤਾਂ ਕੁਛ ਹੋ ਹੀ ਨਹੀਂ ਸਕਦਾ, ਫਿਰ ਤਾਂ ਸਰਕਾਰਾਂ ਹੀ ਹੈ ਨਹੀਂ। ਸਰਕਾਰਾਂ 'ਤੇ ਗੁੱਸਾ ਵੀ ਹੈਗਾ ਹੈ ਕਿਉਂਕਿ ਸਰਕਾਰਾਂ ਨੂੰ ਪਹਿਲਾਂ ਵੀ ਕਿਹਾ ਗਿਆ ਸੀ, ਚੱਲਦੇ ਪਏ ਕੇਸ ਇਹਨਾਂ ਦੇ, ਭੁਗਤਾਉਂਦੇ ਤਰੀਕਾਂ ਪੈਸੇ ਦੇ ਦਿੰਦੇ ਨੇ ਪ੍ਰਸ਼ਾਸਨ ਨੂੰ, ਤੇ ਫਿਰ ਹੀ ਇਹ ਹੁੰਦਾ। ਸਭ ਨੂੰ ਪਤਾ ਸੀਗਾ ਕਿ ਬਰੂਦ ਹੈ ਉਰੇ, ਬਰੂਦ ਦਾ ਨੁਕਸਾਨ ਕਿਸੇ ਵੇਲੇ ਵੀ ਅੱਗ ਲੱਗ ਸਕਦੀ ਹੈ, ਤੇ ਸਾਰਾ ਕੁਝ ਸਾਹਮਣੇ ਅੱਖਾਂ ਦੇ ਸਾਹਮਣੇ ਹੋ ਗਿਆ। ਹਾਂਜੀ, ਨਿੱਕੇ ਬੱਚੇ ਖਤਮ ਹੋ ਗਏ ਆ, ਬੀਬੀਆਂ ਕਮਰੇ ਘਰਾਂ ਦੇ ਵਿੱਚ ਬੈਠੀਆਂ ਖਤਮ ਹੋ ਗਈਆਂ, ਛੱਤਾਂ ਡਿੱਗ ਗਈਆਂ, ਹੋਰ ਦੱਸੋ ਕਿੰਨਾ ਕੁ। ਇੱਕ ਸਕੂਟੀ ਤੇ ਮਾਂ ਤੇ ਪੁੱਤ ਕਹਿੰਦੇ ਜਾ ਰਹੇ ਸੀਗੇ, ਬੱਚਾ ਜਾ ਰਿਹਾ ਸੀਗਾ, ਸਾਹਿਬ ਤੋਂ ਲੰਗਰ ਛੱਕ ਕੇ ਅਜੇ ਨਿਕਲੇ ਹੀ ਸੀਗੇ ਤੇ ਉਹਨਾਂ ਦੇ ਵੀ ਇੱਥੋਂ ਹੀ ਗਏ ਤੇ ਜਾਂਦਿਆਂ ਹੀ ਨਾਲ ਹੀ ਧਮਾਕਾ ਹੋ ਗਿਆ ਤੇ ਉੱਥੇ ਹੀ ਮਾਂ ਪੁੱਤ ਖਤਮ ਹੋ ਗਏ। ਅੱਛਾ, ਇੱਕ ਹੋਰ ਜਿਹੜੀ ਪਰੰਪਰਾ ਹੈ, ਲੋਕ ਬਹੁਤ ਸਾਰੇ ਕਹਿ ਰਹੇ ਨੇ ਕਿ ਵਿਆਹ ਪੁਰਬ ਮੌਕੇ ਪਟਾਕੇ ਚਲਾਉਣੇ ਸੀਗੇ, ਕੁਝ ਲੋਕ ਲੈਣ ਵੀ ਆਏ ਸੀਗੇ, ਲੱਗਦਾ ਨਹੀਂ ਕਿ ਪਟਾਕਿਆਂ ਦੀ ਬਹੁਤੀ ਜ਼ਰੂਰਤ ਨਹੀਂ, ਕੋਈ ਖੁਸ਼ੀ ਮਨਾਉਣੀ, ਕੋਈ ਖੁਸ਼ੀ ਮਨਾਉਣੀ ਜ਼ਰੂਰੀ ਨਹੀਂ ਕਿ ਪਟਾਕਿਆਂ ਨਾਲ ਮਨਾਈ ਜਾਵੇ? ਇਹ ਬਿਲਕੁਲ ਖਤਮ ਹੋਣਾ ਚਾਹੀਦਾ ਕੰਮ ਪਟਾਕਿਆਂ ਦਾ, ਇਹ ਨਹੀਂ ਇਹਦੀ ਲੋੜ। ਆਹੋ ਇਹ ਬਿਲਕੁਲ, ਬਾਬਾ ਨਾਨਕ ਜਦੋਂ ਵਿਆਹੁਣ ਆਏ ਸੀ ਉਦੋਂ ਪਟਾਕੇ ਨਹੀਂ ਸੀ, ਕੀ ਕਹਿਣਾ ਚਾਹੁੰਦੇ ਹੋ? ਕਿਉਂ ਨਹੀਂ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਦੇ, ਕਿਉਂ ਨਹੀਂ ਅਸੀਂ ਗੁਰੂ ਨਾਨਕ ਦੇ ਕਹਿਣੇ 'ਚ ਚੱਲਦੇ, ਇਸੇ ਕਰਕੇ ਅਸੀਂ ਇਹ ਸਾਰਾ ਜੋ ਵੀ ਪ੍ਰਸ਼ਾਸਨ ਜ਼ਿੰਮੇਵਾਰ ਆ। ਵਿਆਹ ਪੁਰਬ ਦੇ ਮੌਕੇ ਪਟਾਕਿਆਂ ਦੀ ਜ਼ਰੂਰਤ ਹੈ? ਬਿਲਕੁਲ ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ ਚਾਹੀਦੇ। ਬਹੁਤ ਸ਼ਾਂਤ ਹੋ ਕੇ ਸਾਨੂੰ ਇਹ ਪੁਰਬ ਮਨਾਉਣਾ ਚਾਹੀਦਾ, ਗੁਰੂ ਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ, ਨਾ ਕਿ ਅਸੀਂ ਪਟਾਕਿਆਂ ਦੇ ਨਾਲ ਪ੍ਰਦੂਸ਼ਣ ਫੈਲਾਈਏ। ਬਿਲਕੁਲ, ਨਾਲੇ ਤਾਂ ਹਵਾ ਪ੍ਰਦੂਸ਼ਿਤ ਹੁੰਦੀ ਆ, ਨਾਲੇ ਆਵਾਜ਼ ਦਾ ਪ੍ਰਦੂਸ਼ਣ ਆ, ਨਾਲੇ ਨੁਕਸਾਨ ਹੁੰਦਾ ਹੈ। ਸਿਹਤਾਂ ਤੇ ਅੱਗੇ ਹੀ ਉਹੋ ਜੀਆਂ ਨੇ ਤੇ ਮਗਰੋਂ ਅਸੀਂ ਪ੍ਰਦੂਸ਼ਣ ਫੈਲਾ ਕੇ ਅਸੀਂ ਹੋਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਔਰ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਕੰਮਾਂ ਤੇ ਪਾਬੰਦੀ ਲੱਗਣੀ ਚਾਹੀਦੀ ਆ ਔਰ 100% ਲੱਗਣੀ ਚਾਹੀਦੀ ਆ। ਨਾ ਵਿਆਹਾਂ ਤੇ ਪਟਾਕੇ ਚੱਲਣੇ ਚਾਹੀਦੇ, ਨਾ ਦੀਵਾਲੀਆਂ ਦੁਸਹਿਰਿਆਂ ਤੇ ਪਟਾਕੇ ਚੱਲਣੇ ਚਾਹੀਦੇ ਆ। ਆਪਣੀ ਹਵਾ ਨੂੰ ਸ਼ੁੱਧ ਸਾਫ਼ ਰੱਖਣਾ ਚਾਹੀਦਾ ਕਿਉਂਕਿ ਅਸੀਂ ਮਾੜੀਆਂ ਬਿਮਾਰੀਆਂ ਤੋਂ ਬਚੇ ਰਹੀਏ ਔਰ ਅਸੀਂ ਆਪਣੇ ਜੀਵਨ ਨੂੰ ਸੁਖੀ ਬਣਾ ਸਕੀਏ ਔਰ ਦੂਜਿਆਂ ਨੂੰ ਖੁਸ਼ੀਆਂ ਦੇ ਸਕੀਏ। ਸੋ ਤੁਸੀਂ ਸੁਣਿਆ, ਵਿਚਾਰ ਸੁਣੇ ਨੇ ਆਮ ਲੋਕਾਂ ਦੇ ਵਿਚਾਰ ਨੇ, ਸਰਕਾਰਾਂ ਪ੍ਰਤੀ ਗੁੱਸਾ ਹੈ, ਪ੍ਰਸ਼ਾਸਨ ਪ੍ਰਤੀ ਗੁੱਸਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਬਲਾਸਟ ਹੁੰਦਾ, ਇਹ ਬਲਾਸਟ ਤੋਂ ਪਹਿਲਾਂ ਜਿਹੜੀ ਇਹ ਫੈਕਟਰੀ ਹੈ ਇਹਦੇ ਬਾਰੇ ਲਿਖ ਕੇ ਦਿੱਤਾ ਜਾ ਚੁੱਕਿਆ ਸੀਗਾ,
ਇਹਨਾਂ ਦਾ ਕੇਸ ਚੱਲਦਾ ਸੀਗਾ ਕਿ ਰਿਹਾਇਸ਼ੀ ਖੇਤਰ ਦੇ ਵਿੱਚ ਪਟਾਕੇ ਨਾ ਬਣਾਏ ਜਾਣ, ਪਰ ਕਿਸੇ ਸਰਕਾਰ ਨੇ ਨਹੀਂ ਸੁਣਿਆ, ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਨਹੀਂ ਸੁਣਿਆ ਅਤੇ ਅੱਖਾਂ ਦੇ ਸਾਹਮਣੇ ਇਹ ਐਡਾ ਵੱਡਾ ਧਮਾਕਾ ਹੋ ਗਿਆ। ਇਸੇ ਥਾਂ 'ਤੇ ਇਸੇ ਤਰ੍ਹਾਂ ਕੱਲ੍ਹ ਲੰਗਰ ਜਿਹੜਾ ਤਿਆਰ ਕੀਤਾ ਜਾ ਰਿਹਾ ਸੀਗਾ, ਇਹ ਤਸਵੀਰਾਂ ਲੰਗਰ ਦੀਆਂ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੱਲ੍ਹ ਵੀ ਵਿਆਹ ਪੁਰਬ ਨੂੰ ਲੈ ਕੇ ਇਹ ਲੰਗਰ ਆ ਜਿਹੜਾ ਉਹ ਇੱਥੇ ਤਿਆਰ ਕੀਤਾ ਜਾ ਰਿਹਾ ਸੀਗਾ। ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਸੇਵਾ ਕਰ ਰਹੀਆਂ ਸਨ, ਸੰਗਤਾਂ ਸੇਵਾ ਕਰ ਰਹੀਆਂ ਸਨ, ਅਤੇ ਉਸੇ ਵੇਲੇ ਇੱਕ ਧਮਾਕਾ ਹੁੰਦਾ ਅਤੇ ਧਮਾਕੇ ਤੋਂ ਬਾਅਦ ਇਹ ਸਾਰਾ ਕੁਝ ਵਾਪਰਦਾ। ਕੁਝ ਲੋਕਾਂ ਦੇ ਨਾਲ ਗੱਲਬਾਤ ਹੋਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਬੀਬੀ ਜੀ, ਕੱਲ੍ਹ ਵੀ ਤੁਸੀਂ ਮੌਜੂਦ ਸੀਗੇ ਇੱਥੇ, ਜੋ ਕੁਝ ਹੋਇਆ ਕੱਲ੍ਹ ਸੀਗਾ, ਤੁਸੀਂ ਕੀ ਕੁਝ ਦੇਖਿਆ? ਹਾਂਜੀ ਹਾਂਜੀ, ਕੁਝ ਹੋਇਆ ਕੱਲ੍ਹ? ਨਹੀਂ ਸਹੀ ਗੱਲ, ਇੱਥੇ ਮੰਦਿਰ ਦੇ ਲਾਗੋਂ ਮੈਂ ਆਉਣ ਡਈ ਸੀ ਵੀ ਸੇਵਾ ਕਰਨ ਵਾਸਤੇ ਲੰਗਰ 'ਚ, ਅਤੇ ਮੈਂ ਦੜ ਹੋਣ ਲੱਗ ਪਿਆ ਅਤੇ ਮੈਨੂੰ ਉੱਥੋਂ ਹੀ ਮੁੜ ਕੇ ਫਿਰ ਮੈਂ ਪਿੱਛੇ ਹਟ ਗਈ, ਦਿਲ ਨੂੰ ਕੁਛ ਹੋ ਗਿਆ। ਇੱਥੇ ਗੈਸ ਹੀ ਬੜੀ ਚੜ੍ਹ ਰਹੀ ਸੀ, ਧੂੰਆਂ ਸੀ, ਧਮਾਕਾ, ਧੂੰਆਂ ਬਹੁਤ ਜ਼ਿਆਦਾ, ਅਤੇ ਗੁਰਦੁਆਰੇ ਦਾ ਨੁਕਸਾਨ ਹੀ ਬੜਾ ਹੋਇਆ, ਸਾਡੇ ਗੁਰਦੁਆਰੇ ਦੀਆਂ ਨੀਂਹਾਂ ਹੀ ਹਿੱਲ ਗਈਆਂ ਵਾ। ਧਮਾਕਾ ਬਹੁਤ ਜ਼ੋਰਦਾਰ ਸੀ, ਜ਼ੋਰਦਾਰ ਹੋਇਆ ਜਿਹੜਾ, ਬਸ ਇੱਕਦਮ ਘਰ ਕਹਿੰਦੇ ਨੇ ਲਿਖ ਕੇ ਦਿੱਤਾ ਸੀ, ਘਰ ਦੀ ਟੈਂਕੀ ਟੁੱਟ ਗਈ, ਸ਼ੀਸ਼ੇ ਟੁੱਟ ਗਏ, ਸਾਰਾ ਕੁਛ ਨਾਲ ਹੀ ਤੇ ਘਰ ਹੈਗਾ, ਸਾਰੀ ਕਲੋਨੀ ਦਾ ਹੀ ਘਰ ਨੇ ਪਿੱਛੇ ਸਾਰਿਆਂ ਦਾ ਨੁਕਸਾਨ ਪਹੁੰਚਿਆ, ਸਾਰੀ ਕਲੋਨੀ ਦਾ, ਸਾਰੀ ਕਲੋਨੀ ਬਹੁਤ ਨੁਕਸਾਨ ਹੋਇਆ। ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਇਸ ਲਈ? ਜਿਹੜੇ ਡਿਊਟੀ ਦੇ ਬੈਠੇ ਹੋਏ ਸੀ ਰੋਲ 'ਤੇ, ਮਹਾਰਾਜ ਦਾ ਪਾਠ ਚੱਲ ਰਿਹਾ ਸੀ, ਦੋ ਸ਼੍ਰੀ ਖੰਡ ਪਾਠ ਸਾਹਿਬ ਚੱਲ ਰਹੇ ਸੀ, ਇੱਕ ਦੇ 'ਤੇ ਆਹ ਵੱਜਾ ਆਣ ਕੇ ਪਤਾ ਨਹੀਂ ਕੀ ਵੱਜਾ ਉਹਨੇ ਇੱਥੋਂ ਹੀ ਫੜ ਲਿਆ। ਫਿਰ ਇੱਕ ਲੇਡੀਜ਼ ਇੱਥੇ ਸਿੰਘਣੀ ਬੈਠੀ ਸੀ, ਉਹਨੇ ਆਉਂਦੀ ਵੀ ਉਂਗਲ ਧਰੋ ਇੱਥੇ ਅਤੇ ਤੁਸੀਂ ਬੋਸ਼ ਹੋ ਗਏ ਹੋ, ਉਂਗਲ ਧਰੋ। ਫਿਰ ਉਹਨੇ ਪਾਠ ਕੀਤਾ, ਜਿਹੜਾ ਡਿਊਟੀ 'ਤੇ ਜਾ ਰਿਹਾ ਸੀ ਰੋਲ 'ਤੇ, ਉਹਨੂੰ ਪੌੜੀਆਂ 'ਚ ਕੁਛ ਵੱਜ ਗਿਆ, ਅਤੇ ਬਹੁਤ ਤੇਜ਼ੀ ਨਾਲ ਆਈਆਂ, ਬੜੀ ਤੇਜ਼ੀ ਨਾਲ, ਬਹੁਤ ਤੇਜ਼ੀ ਨਾਲ ਆਏ। ਧਮਾਕਾ ਹੀ ਇਹ ਹੋਇਆ ਜਿਵੇਂ ਹਵਾ ਹੀ ਤਾਂ ਨੂੰ ਚੜ ਗਈ, ਹਵਾ ਨਾਲ ਹੀ ਉੱਡ ਕੇ ਆ ਗਿਆ ਸਭ ਕੁਛ, ਬਹੁਤ ਜ਼ਿਆਦਾ। ਇੱਥੇ ਵੀ ਹੁਣ ਅਸੀਂ ਦੇਖ ਰਹੇ ਹਾਂ ਕਿ ਕਈ ਕੰਧਾਂ ਨੂੰ, ਕਈ ਲੈਂਟਰਾਂ ਨੂੰ, ਕਈ ਹੋਰ ਵੀ ਛੱਤਾਂ ਨੂੰ ਨੁਕਸਾਨ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਲੋਨੀ ਦੇ ਵਿੱਚ ਵੀ ਸਾਰੀਆਂ ਬਿਲਡਿੰਗਾਂ ਪਾਟ ਗਈਆਂ ਨੇ ਬਸ। ਅੱਛਾ, ਕਹਿੰਦੇ ਪਹਿਲਾਂ ਵੀ ਕਿਹਾ ਸੀ ਵੀ ਇੱਥੇ ਨਾ ਹੋਵੇ ਫੈਕਟਰੀ? ਹਾਂਜੀ, ਦੋ ਵਾਰੀ, ਦੋ ਸਾਲ ਹੋ ਗਏ ਸੀ, ਦੋ ਧਮਾਕੇ ਅੱਗੇ ਵੀ, ਪਰ ਛੋਟੇ ਹੋਏ ਸੀ, ਇਹ ਤਾਂ ਫਿਰ ਬਹੁਤਾ ਹੀ ਕਹਿਰ ਹੋ ਗਿਆ ਹੁਣ। ਬਹੁਤ ਵੱਡਾ ਹਾਦਸਾ ਜਿਹੜਾ ਵਾਪਰਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਹੁਤ ਨੁਕਸਾਨ ਪਹੁੰਚਿਆ ਆਲੇ, ਨੁਕਸਾਨ ਬਹੁਤ ਪਹੁੰਚ ਗਿਆ ਆਲੇ ਦੁਆਲੇ ਸਾਰੀ ਕਲੋਨੀ 'ਚ, ਜੋ ਬਾਹਰ ਨਿਕਲਦੇ ਸ਼ੀਸ਼ੇ ਨਿਕਲ ਵੱਜਦੇ ਸੀ, ਇੱਕ ਦੂਜੇ ਦੇ ਇੱਟਾਂ ਵੱਜਦੇ ਸੀ, ਰੋੜੇ ਵੱਜਦੇ ਸੀ ਸਾਰੇ, ਬਹੁਤ ਜ਼ਿਆਦਾ ਗੁਰਦੁਆਰੇ ਦਾ ਨੁਕਸਾਨ। ਕੋਈ ਲੰਗਰ ਛਕਣ ਆਉਂਦੀ ਸੰਗਤ, ਕੋਈ ਜਾਂਦੀ ਸੀ ਘਰ ਨੂੰ, ਆਵਾਜਾਈ 'ਚ ਬਸ ਇੱਦਾਂ ਹੀ ਆ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਲਾਗੇ ਲਾਗੇ ਘਰਾਂ ਦਾ ਬਹੁਤ ਜ਼ਿਆਦਾ ਹੋਇਆ। ਹਾਂਜੀ, ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਜਾਨਾਂ ਗਈਆਂ ਨੇ, 23 ਮੌਤਾਂ ਹੋਈਆਂ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ, ਜਿਹੜੀਆਂ ਲਾਗਲੀਆਂ ਇਮਾਰਤਾਂ ਨੇ ਉਹਨਾਂ ਦਾ ਵੀ ਨੁਕਸਾਨ ਹੋਇਆ ਹੈ, ਅਤੇ ਭਰਪਾਈ ਹੋਣੀ ਚਾਹੀਦੀ ਨੁਕਸਾਨ ਦੀ। ਸਰਕਾਰਾਂ ਨੂੰ ਚਾਹੀਦਾ ਕਿ ਆਰਥਿਕ ਮੁਆਵਜ਼ਾ ਜਿਹੜਾ, ਮਦਦ ਕੀਤੀ ਜਾਵੇ, ਪੈਸੇ ਦੀ ਕੀਤੀ ਜਾਵੇ, ਆਰਥਿਕ ਮੁਆਵਜ਼ਾ ਦਿੱਤਾ ਜਾਵੇ ਸਾਰਿਆਂ ਦਾ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਗੁਰੂ ਘਰ ਕਿੱਥੇ ਬਣਨਾ, ਮਸਾਂ ਤਾਂ ਇੱਕ ਮੀਟਿੰਗਾਂ ਪਾ ਪਾ ਲੋਕਾਂ ਨੇ ਇਕੱਠੇ ਕਰ ਪੈਸੇ ਬਣਾਏ ਸੀ, ਅਤੇ ਹੁਣ ਫਿਰ ਇਹ ਆ ਵੀ ਇੰਨਾ ਤਾਂ ਸਾਨੂੰ ਦੇਊ, ਕੋਈ ਸਰਕਾਰ ਫਿਰ ਹੀ ਬਣੂ। ਲੋਕਾਂ ਨੇ ਆਪਣੀ ਮਿਹਨਤ ਦੇ ਨਾਲ ਸਾਰਿਆਂ ਤੋਂ ਇਕੱਠਾ ਕਰਕੇ, ਭੇਟਾ ਇਕੱਠਾ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਹੈ। ਇਸ ਥਾਂ 'ਤੇ ਪ੍ਰੋਗਰਾਮ ਚੱਲ ਰਿਹਾ ਸੀਗਾ ਅਤੇ ਇਸੇ ਥਾਂ 'ਤੇ ਇਹ ਹਾਦਸਾ ਵਾਪਰ ਜਾਂਦਾ। ਇਹ ਉਹ ਥਾਂ ਹੈ ਜਿੱਥੇ ਕੱਲ੍ਹ ਜਿਹੜੀ ਹੈ ਛੱਤ ਡਿੱਗ ਪਈ ਸੀਗੀ, ਜਿਸ ਕਰਕੇ ਕਈ ਔਰਤਾਂ ਜਿਹੜੀਆਂ ਨੇ ਉਹ ਵੀ ਜ਼ਖਮੀ ਹੋਈਆਂ ਨੇ। ਇਸ ਥਾਂ 'ਤੇ ਹੁਣ ਵੀ ਭਾਵੇਂ ਲੰਗਰ ਚੱਲ ਰਿਹਾ ਹੈ, ਲੋਕਾਂ ਦੀ ਸ਼ਰਧਾ ਦੇ ਵਿੱਚ ਕੋਈ ਕਮੀ ਨਹੀਂ ਹੈਗੀ, ਪਰ ਉਹਨਾਂ ਦਾ ਕਹਿਣਾ ਇਹੀ ਹੈ ਕਿ ਪ੍ਰਸ਼ਾਸਨ ਅਤੇ ਸਰਕਾਰਾਂ ਜਿਹੜੀਆਂ ਨੇ ਉਹ ਸਮੇਂ ਸਿਰ ਧਿਆਨ ਨਹੀਂ ਦਿੰਦੀਆਂ, ਜਿਸ ਕਰਕੇ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ। ਅਤੇ ਅਪੀਲ ਇਹੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਵਾਪਰੇ ਨੇ ਉਹਨਾਂ ਤੋਂ ਸਬਕ ਸਿੱਖਣ ਦੀ ਵੀ ਲੋੜ ਆ, ਨਾਲ ਹੀ ਜਿਹੜਾ ਕੋਈ ਨੁਕਸਾਨ ਹੋਇਆ ਉਸ ਦੀ ਭਰਪਾਈ ਕਰਨ ਦੀ ਵੀ ਜ਼ਰੂਰਤ ਹੈਗੀ ਹੈ। ਕੈਮਰਾਮੈਨ ਗਗਨ ਦੇ ਨਾਲ ਰਣਵੀਰ ਸਿੰਘ ਰਾਣਾ, ਬਟਾਲਾ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। At Pyramid, the only thing that inspires us the most is our customer, and we are totally committed to the success of our students and customers.
ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। ਪਿਰਾਮਿਡ ਵੀਜ਼ਾ ਇੱਕ ਵਧੀਆ ਜ਼ਿੰਦਗੀ ਲਈ।